ਛੋਟੇ ਘਰ ਦੇ ਮਾਰਦੇ ਆ ਤੇ ਮੇਰੇ ਨਾਲ ਚੱਲੇ। ਖਾਣਾ ਕਿੱਥੇ ਖਾਂਦਾ ਸੀ? ਉਹ ਸਾਈ ਬਾਬੇ ਦੇ ਮੰਦਿਰ ਚ। ਜਿਹੜਾ ਮਾਸਟਰ ਮਾਈਂਡ ਤੇ ਇਹਨਾਂ ਦਾ ਵਿਸ਼ਾਲ ਉਹ ਇੱਕ ਲਾਗਤ ਛੱਡ ਕੇ ਦੌੜ ਗਿਆ ਬਿਲਕੁਲ। ਮਿਲ ਗਏ ਬੱਚੇ? ਮਿਲ ਗਏ ਜੀ, ਮਿਲ ਗਏ। ਬੀਤੇ ਦਿਨੀ ਪਿੰਡ ਦੇ ਵਿੱਚੋਂ ਚਾਰ ਬੱਚੇ ਲਾਪਤਾ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਸੀ, ਜਿਸ ਦੇ ਵਿੱਚ ਹੁਣ ਇੱਕ ਵੱਡਾ ਖੁਲਾਸਾ ਹੋਇਆ। ਮਾਪਿਆਂ ਅਤੇ ਪੁਲਿਸ ਪਾਰਟੀ ਸਮੇਤ ਸੀਸੀਟੀਵੀ ਲਗਾਤਾਰ ਖੰਗਾਲੇ ਜਾ ਰਹੇ ਸਨ ਅਤੇ ਉਹਨਾਂ ਦੇ ਵਿੱਚ ਦੇਖਿਆ ਗਿਆ ਕਿ ਉਹ ਪਿੰਡ ਤੋਂ 3 ਕਿਲੋਮੀਟਰ ਦੀ ਦੂਰੀ 'ਤੇ ਚਰਚ ਦੇ ਨੇੜੇ ਆਖਰੀ ਵਾਰ ਸੀਸੀਟੀਵੀ ਦੇ ਵਿੱਚ ਦੇਖੇ ਗਏ ਨੇ। ਉਸ ਤੋਂ ਬਾਅਦ ਉਹ ਬੱਚੇ ਕਿੱਥੇ ਚਲੇ ਗਏ ਕਿਸੇ ਨੂੰ ਕੁਝ ਵੀ ਪਤਾ ਨਹੀਂ ਚੱਲਿਆ। ਪਰ 2 ਰਾਤਾਂ ਹੁਣ ਬਾਹਰ ਬਿਤਾਉਣ ਤੋਂ ਬਾਅਦ 3 ਬੱਚਿਆਂ ਦੀ ਸੁੱਗ ਮਿਲ ਚੁੱਕੀ ਹੈ, ਜਦੋਂ ਕਿ 1 ਫਰਾਰ ਦੱਸਿਆ ਜਾ ਰਿਹਾ ਹੈ। ਉਸ ਦੇ ਬਾਰੇ ਵੀ ਇੱਕ ਵੱਡਾ ਖੁਲਾਸਾ ਹੋਇਆ ਜੋ ਕਿ ਇਸ ਸਮੇਂ ਫਰਾਰ ਹੈ। ਪਿੰਡ ਕਕਰਾਲੀ ਦੇ ਵਿੱਚੋਂ ਲਾਪਤਾ ਹੋਏ 4 ਬੱਚਿਆਂ ਦੇ ਵਿੱਚੋਂ ਪੁਲਿਸ ਨੇ 3 ਬੱਚਿਆਂ ਨੂੰ ਬਰਾਮਦ ਕਰ ਲਿਆ। ਇਹ ਬੱਚੇ ਮੋਲੀ ਜਾਗਰਾਂ ਚੰਡੀਗੜ੍ਹ ਦੇ ਨੇੜਿਓਂ ਬਰਾਮਦ ਕੀਤੇ ਗਏ ਨੇ। ਦੱਸ ਦਈਏ ਕਿ ਇਹਨਾਂ ਦੇ ਨਾਲ ਇੱਕ 4ਥਾ ਬੱਚਾ ਵੀ ਮੌਜੂਦ ਸੀ, ਜਿਸ ਦੀ ਉਮਰ 14 ਸਾਲ ਦੀ ਸੀ। ਬਾਕੀ ਦੇ 3 ਬੱਚਿਆਂ ਦੀ ਉਮਰ 2 9 ਸਾਲ ਦੇ ਅਤੇ 1 10 ਸਾਲ ਦਾ ਬੱਚਾ ਸੀ ਅਤੇ ਇਹਨਾਂ ਦਾ ਕਹਿਣਾ ਹੈ ਕਿ ਸਾਨੂੰ 14 ਸਾਲ ਦਾ ਬੱਚਾ ਹੀ ਆਪਣੇ ਨਾਲ ਇਹ ਕਹਿ ਕੇ ਲੈ ਗਿਆ ਸੀ ਕਿ ਤੁਹਾਡੇ ਮਾਂ ਬਾਪ ਤੁਹਾਡੇ ਨਾਲ ਮਾਰਕੁੱਟ ਕਰਦੇ ਨੇ, ਤੁਸੀਂ ਮੇਰੇ ਨਾਲ ਚੱਲੋ। ਇਹ ਸੁਣਦੇ ਹੀ ਬੱਚੇ ਕਿਸ ਤਰ੍ਹਾਂ ਆਪਣੇ ਘਰ ਪਹਿਲਾਂ ਝੂਠ ਬੋਲਦੇ ਨੇ, ਕਹਿੰਦੇ ਨੇ ਕਿ ਅਸੀਂ ਸਕੂਲ ਚੱਲੇ ਹਾਂ। ਸਕੂਲ ਦਾ ਬਹਾਨਾ ਲਗਾਉਣ ਤੋਂ ਬਾਅਦ ਜਦੋਂ ਉਹ ਸ਼ਾਮ ਤੱਕ ਵੀ ਨਾ ਪਰਤੇ ਤਾਂ ਮਾਪਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਥਾਂ ਥਾਂ 'ਤੇ ਜਾ ਕੇ ਲੋਕਾਂ ਨੂੰ ਫੋਟੋਆਂ ਦੇ ਰਾਹੀਂ ਪੁੱਛਗਿੱਛ ਕੀਤੀ ਗਈ, ਸੀਸੀਟੀਵੀ ਖੰਗਾਲੇ ਗਏ ਅਤੇ ਉਸ ਦੇ ਵਿੱਚ ਇਹਨਾਂ ਬੱਚਿਆਂ ਨੂੰ ਦੂਰ ਜਾਂਦੇ ਦਿਖਾਈ ਦਿੱਤਾ ਗਿਆ। ਉਸ ਤੋਂ ਬਾਅਦ ਪੁਲਿਸ ਵਾਲਿਆਂ ਸਮੇਤ ਪਿੰਡ ਦੇ ਨੇ ਵੀ ਇਹਨਾਂ ਬੱਚਿਆਂ ਨੂੰ ਲੱਭਣ 'ਚ ਕਾਫੀ ਜੱਦੋਜਹਿਦ ਕੀਤੀ, ਪਰ 2 ਰਾਤਾਂ ਤੋਂ ਨਾ ਤਾਂ ਮਾਤਾ ਪਿਤਾ ਨੂੰ ਹੋਸ਼ ਆਇਆ ਅਤੇ ਨਾ ਹੀ ਉਹ ਇਸ ਗੱਲ ਨੂੰ ਬਰਦਾਸ਼ਤ ਕਰ ਪਾ ਰਹੇ ਨੇ ਕਿ ਉਹਨਾਂ ਦੇ ਬੱਚੇ ਆਖਿਰਕਾਰ ਕਿੱਥੇ ਨੇ। ਜਾ ਕੇ ਕਿਤੇ ਉਹਨਾਂ ਮਾਵਾਂ ਨੇ ਸੁੱਖ ਦਾ ਸਾਹ ਲਿਆ ਹੋਣਾ, ਜਦੋਂ ਪਤਾ ਲੱਗਿਆ ਕਿ 3 ਬੱਚੇ ਜੋ ਕਿ ਲਾਪਤਾ ਹੋਏ ਸਨ ਉਹ ਲੱਭ ਚੁੱਕੇ ਨੇ। ਮੰਗਲਵਾਰ ਤੋਂ 4 ਮਾਸੂਮ ਬੱਚੇ ਲਾਪਤਾ ਸਨ ਅਤੇ ਬੀਤੇ 2 ਦਿਨ ਤੋਂ ਮਾਪੇ ਇਹਨਾਂ ਨੂੰ ਹਰ ਜਗ੍ਹਾ ਲੱਭ ਰਹੇ ਸੀ। ਤੜਫਦੇ ਹੋਏ ਮਾਪਿਆਂ ਨੇ ਬੱਚਿਆਂ ਦੇ ਲਈ ਅਰਦਾਸਾਂ ਕੀਤੀਆਂ, ਲੋਕਾਂ ਦੇ ਸਾਹਮਣੇ ਜਾ ਕੇ ਮਿੰਨਤਾਂ ਤਰਲੇ ਕੀਤੇ ਅਤੇ ਹੁਣ ਪੁਲਿਸ ਨੇ ਕਿਹਾ ਕਿ ਅਸੀਂ 3 ਬੱਚਿਆਂ ਨੂੰ ਬਰਾਮਦ ਕਰ ਲਿਆ। ਸਕੂਲ ਖਤਮ ਹੋਣ ਤੋਂ ਬਾਅਦ ਬੱਚੇ ਘਰ ਚਲੇ ਗਏ ਅਤੇ ਵਾਪਸ ਸਕੂਲ ਜਾਣ ਦੀ ਗੱਲ ਕਹਿ ਕੇ ਘਰੋਂ 1 ਵਾਰ ਮੁੜ ਤੋਂ ਨਿਕਲ ਚੁੱਕੇ ਸਨ। ਜਦੋਂ ਸ਼ਾਮ ਤੱਕ ਬੱਚੇ ਘਰ ਨਾ ਪਰਤੇ ਤਾਂ ਪਰਿਵਾਰਕ ਮੈਂਬਰਾਂ ਨੇ ਇਹਨਾਂ ਦੀ ਭਾਲ ਸ਼ੁਰੂ ਕੀਤੀ ਅਤੇ ਪਹਿਲੀ ਸੀਸੀਟੀਵੀ ਫੁਟੇਜ ਦੇ ਵਿੱਚ ਬੱਚੇ ਘਰੋਂ ਨਿਕਲਦੇ ਹੋਏ ਦਿਖਾਈ ਦੇ ਰਹੇ ਨੇ। ਉਸ ਤੋਂ ਬਾਅਦ ਪਿੰਡ ਤੋਂ ਕਰੀਬ 3 ਕਿਲੋਮੀਟਰ ਦੀ ਦੂਰੀ 'ਤੇ ਚਰਚ ਦੇ ਨਜ਼ਦੀਕ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਵੀ 4 ਬੱਚੇ ਪਿੰਡ ਸਨੋਲੀ ਦੇ ਵੱਲ ਨੂੰ ਜਾਂਦੇ ਹੋਏ ਦਿਖੇ। ਉਸ ਤੋਂ ਬਾਅਦ ਨਾ ਤਾਂ ਬੱਚਿਆਂ ਦਾ ਕੁਝ ਪਤਾ ਲੱਗਿਆ ਅਤੇ ਨਾ ਹੀ ਕੋਈ ਖਬਰ ਮਿਲੀ ਕਿ ਉਹ ਕਿਸ ਪਾਸੇ ਨੂੰ ਗਏ ਨੇ। ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਵੱਖ ਵੱਖ ਟੀਮਾਂ ਬਣਾ ਕੇ ਬੱਚਿਆਂ ਦੀ ਭਾਲ ਕੀਤੀ ਗਈ। ਲਾਪਤਾ ਬੱਚਿਆਂ ਦੇ ਵਿੱਚ 2 ਦੀ ਉਮਰ 9 ਸਾਲ ਅਤੇ 1 ਦੀ 10 ਸਾਲ ਹੈ ਅਤੇ 14 ਸਾਲ ਦਾ ਬੱਚਾ ਹੀ ਇਹਨਾਂ ਨੂੰ ਆਪਣੇ ਨਾਲ ਲੈ ਕੇ ਗਿਆ ਸੀ। 1 ਬੱਚੇ ਦੇ ਵੱਲੋਂ ਹੁਣ ਇਹ ਵੀ ਦੱਸਿਆ ਗਿਆ ਕਿ ਅਸੀਂ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਘਰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਜਿਵੇਂ ਹੀ ਉਹਨਾਂ ਨੇ ਕਿਸੇ ਰਾਹਗੀਰ ਤੋਂ ਫੋਨ ਮੰਗਿਆ ਤਾਂ 14 ਸਾਲ ਦੇ ਬੱਚੇ ਨੇ ਉਹ ਫੋਨ ਵਾਪਸ ਕਰਵਾ ਦਿੱਤਾ। ਬਾਕੀ ਦੇ ਬੱਚੇ ਘਰ ਆਉਣਾ ਚਾਹੁੰਦੇ ਸਨ, ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਨਾਲ ਇਸ 14 ਸਾਲ ਦੇ ਵਿਸ਼ਾਲ ਨਾਮ ਦੇ ਮੁੰਡੇ ਨੇ ਕੀ ਕਰਨਾ ਸੀ ਕਿਸੇ ਨੂੰ ਕੁਝ ਵੀ ਪਤਾ ਨਹੀਂ। ਇਹਨਾਂ ਦੇ ਵਿੱਚੋਂ 3 ਬੱਚੇ ਪਿੰਡ ਕਕਰਾਲੀ ਦੇ ਸਰਕਾਰੀ ਸਕੂਲ ਦੇ ਵਿੱਚ ਹੀ ਪੜ੍ਹਦੇ ਨੇ। ਦੱਸ ਦਈਏ ਕਿ ਹਾਸਿਲ ਹੋਈਆਂ ਸੀਸੀਟੀਵੀ ਫੁਟੇਜ ਦੇ ਵਿੱਚੋਂ ਪਹਿਲੀ ਫੁਟੇਜ ਦੇ ਵਿੱਚ ਬੱਚਿਆਂ ਨੂੰ 3:54 'ਤੇ ਦੇਖਿਆ ਗਿਆ ਸੀ ਅਤੇ ਦੂਸਰੀ ਫੁਟੇਜ ਦੇ ਵਿੱਚ ਕਰੀਬ 4:30 ਦੇਖਿਆ ਗਿਆ ਸੀ। ਉਸ ਤੋਂ ਬਾਅਦ ਹੀ ਇਹ ਬੱਚੇ ਗਾਇਬ ਹੋਏ। ਮਾਪਿਆਂ ਸਮੇਤ ਪੁਲਿਸ ਵਾਲਿਆਂ ਦੇ ਵੱਲੋਂ ਇਹਨਾਂ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਹੁਣ ਜਾ ਕੇ ਇਹ ਚੰਡੀਗੜ੍ਹ ਦੇ ਨੇੜਿਓਂ ਬਰਾਮਦ ਹੋਏ ਨੇ। ਬੱਚਿਆਂ ਨੇ ਖੁਦ ਆਪਣੇ ਮੂੰਹੋਂ ਦੱਸਿਆ ਕਿ ਉਹ ਪੈਦਲ ਤੁਰ ਕੇ ਹੀ ਇੱਥੇ ਤੱਕ ਪਹੁੰਚੇ ਨੇ, ਵਿਸ਼ਾਲ ਨਾਮ ਦਾ ਮੁੰਡਾ ਲੈ ਕੇ ਆਇਆ ਸੀ, ਇਹ ਕਹਿੰਦੇ ਹੋਏ ਕਿ ਤੁਹਾਡੇ ਮਾਂ ਬਾਪ ਤੁਹਾਨੂੰ ਮਾਰਦੇ ਕੁੱਟਦੇ ਨੇ। 2 ਦਿਨ ਤੱਕ ਇਹ ਬੱਚੇ ਕਿਸੇ ਮੰਦਿਰ ਦੇ ਵਿੱਚ ਕਿਸੇ ਧਾਰਮਿਕ ਸਥਾਨ ਦੇ ਵਿੱਚ ਹੀ ਰੋਟੀ ਖਾਂਦੇ ਰਹੇ ਅਤੇ ਹੁਣ ਵਾਪਸ ਆਉਣ ਤੋਂ ਬਾਅਦ ਕਿਹੜੇ ਕਿਹੜੇ ਖੁਲਾਸੇ ਕੀਤੇ ਨੇ, ਆਓ ਸੁਣਦੇ ਹਾਂ। ਭੱਜ ਗਿਆ ਤੁਹਾਡਾ ਸਾਥੀ? ਕੀ ਨਾਮ ਹੈ ਬੇਟਾ? ਜਿਹੜਾ ਭੱਜ ਗਿਆ ਤੁਹਾਡੇ ਨਾਲ, ਕੀ ਨਾਮ ਸੀ ਉਹਦਾ? ਵਿਸ਼ਾਲ। ਰਾਤ ਕਿੱਥੇ ਰਹੇ ਸੀਗੇ ਤੁਸੀਂ?
ਬਸ ਸਟੈਂਡ ਤੇ ਇੱਥੋਂ ਪਿੰਡ ਤੋਂ ਕਿੱਦਾਂ ਗਏ ਉੱਥੇ ਪੈਦਲ ਫਟ ਗਏ ਰਾਤੀ ਖਾਣਾ ਕਿੱਥੇ ਖਾਂਦਾ ਸੀਗਾ ਸਾਈ ਬਾਬੇ ਦੇ ਮੰਦਰ ਚ ਅੱਜ ਘਰਦਿਆਂ ਦੀ ਯਾਦ ਨਹੀਂ ਆਈ ਜਦੋਂ ਗਿਆ ਸੀਗਾ ਜਦੋਂ ਦਾ ਇੱਥੋਂ ਆਈ ਫਿਰ ਕਿਸੇ ਨੂੰ ਕਿਹਾ ਨਹੀਂ ਉੱਥੇ ਅੱਗੇ ਲਾਗੇ ਬੰਨੇ ਕਿਸੇ ਨੂੰ ਵੀ ਮੇਰੇ ਇੱਕ ਬੰਦੇ ਤੋਂ ਫੋਨ ਲਿਆ ਸੀ ਕਿਆ ਕਿਹਾ ਉਹਨੇ ਫੋਨ ਵਾਲੇ ਨੇ ਕਿਆ ਕਿਹਾ ਉਹ ਫੋਨ ਇੱਕ ਬੰਦੇ ਤੋਂ ਫੋਨ ਲਿੱਤਾ ਸੀਗਾ ਤੇ ਉਹਨੇ ਵਾਪਸ ਕਰਤਾ ਕਿ ਸਾਨੂੰ ਨਹੀਂ ਲੈਣਾ ਵਿਸ਼ਾਲ ਉਹ ਜਿਹੜਾ ਤੁਹਾਡੇ ਨਾਲ ਦਾ ਸੀ ਹਾਂ ਚਲੋ ਬੱਚੇ ਉੱਪਰ ਬੈਠੇ ਹੋਏ ਆਗ ਸੇਕ ਰਹੇ ਦੇਖਾ ਮੁੰਡਾ ਇਹਦਾ ਭੱਗ ਗਿਆ ਦੂਜਾ ਵਾਲਾ ਜਿਹੜਾ ਦੂਜਾ ਹੈ ਨਾ ਉਹ ਇੱਕਦਮ ਵਿਸ਼ਾਲ ਵਿਸ਼ਾਲ ਫਿਰ ਅਮਰ ਮੋਦੀ ਅਗਰ ਰੋਡ ਕ੍ਰੋਸ ਕਰ ਗਿਆ ਕਿਉਂਕਿ ਗੱਡੀ ਆ ਗਈ ਨਾ ਫਿਰ ਅਸੀਂ ਜਾਂਦੇ ਫਿਰ ਆਪਣਾ ਐਕਸੀਡੈਂਟ ਹੋ ਜਾਂਦਾ ਭਤੀਜਾ ਜੀ ਕਿਹੜਾ ਸਤੀਸ਼ ਹਾਂਜੀ ਸਤਵੀਰ 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 ਫਿਰ ਉਹ ਕਿਆ ਹੁਣ ਕਿਆ ਲੱਗਿਆ ਉੱਥੇ ਜਿਹੜਾ ਮਾਸਟਰ ਮਾਈਂਡ ਤੇ ਇਹਨਾਂ ਦਾ ਵਿਸ਼ਾਲ ਉਹ ਇੱਕ ਲੱਗ ਤੇ ਛੱਡ ਕੇ ਦੌੜ ਗਿਆ ਬਿਲਕੁਲ ਕਿ ਉਹ ਸਾਰਾ ਭੇਤੀ ਦਾ ਉਧਰ ਦਾ ਠੀਕ ਹੈ ਵੀ ਭੇਤੀ ਹੋਣੇ ਕਰਕੇ ਰੂਸ ਨੂੰ ਪਤਾ ਤਾਂ ਉਹੀ ਸਾਰੇ ਕਹੀਂ ਘੁੰਮ ਰਿਹਾ ਇੱਕ ਸਮੋਸੇ ਵਾਲੇ ਨੂੰ ਪੁੱਛਿਆ ਉਹ ਕਹਿ ਰਿਹਾ ਮੇਰੀ ਗੱਲ ਬੈਸ ਕਰਕੇ ਗਿਆ ਇਹ ਬੰਦਾ ਫੋਟੋ ਦਿਖਾਈ ਮੰਨੇ ਵਾ ਨਹੀਂ ਬੱਚੇ ਤੇ ਬੈਸ ਕਦੋਂ ਰਾਤੀ ਕਰੀ ਰਾਤ 9:30 ਵਜੇ ਖਾਇਆ ਖਾਣਾ ਖੁਣਾ ਵਗੈਰਾ ਕਿੱਥੇ ਖਾਇਆ ਪਤਾ ਕੁਛ ਯੋ ਨਹੀਂ ਕਿ ਮੰਦਰ ਆ ਜੀ ਮਹਾ ਸਾਈ ਉਕਰ ਮੰਦਰ ਆ ਜੀ ਲੰਗਰ ਚੱਲ ਰਹੇ ਆ ਉੱਥੇ ਖਾ ਰਹੇ ਆ ਕਿੰਨੀ ਕਿ ਚੁੱਕੀਆਂ ਚੋਪੜੀ ਉੱਥੇ ਜਿੱਥੇ ਮਿਲੇ ਕਾਫੀ ਹਾਂ ਬਾਕੀ ਜੇ ਕੋਈ ਵਿਆਹ ਵਿਊ ਹੋ ਰਿਹਾ ਜੀ ਪੈਸੇ ਪੂਸੇ ਚੁੱਕ ਚੱਕ ਕੇ ਆਪਣਾ ਖਰਚ ਚਲਾ ਰਹੇ ਨੇ ਤੁਹਾਡੇ ਘਰ ਦੇ ਮਾਰਦੇ ਆ ਤੇ ਮੇਰੇ ਨਾਲ ਚੱਲੋ ਖਾਣਾ ਕਿੱਥੇ ਖਾਂਦਾ ਸੀਗਾ ਉਹ ਸਾਈ ਬਾਬੇ ਦੇ ਮੰਦਰ ਚ ਜਿਹੜਾ ਮਾਸਟਰ ਮਾਈਂਡ ਤੇ ਇਹਨਾਂ ਦਾ ਵਿਸ਼ਾਲ ਉਹ ਇੱਕ ਲੱਗ ਤੇ ਛੱਡ ਕੇ ਦੌੜ ਗਿਆ ਬਿਲਕੁਲ ਮਿਲ ਗਿਆ ਬੱਚੇ ਮਿਲ ਗਏ ਜੀ ਮਿਲ ਗਏ ਬੀਤੇ ਦਿਨੀ ਪਿੰਡ ਦੇ ਵਿੱਚੋਂ 4 ਬੱਚੇ ਲਾਪਤਾ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਸੀ ਜਿਸ ਦੇ ਵਿੱਚ ਹੁਣ ਇੱਕ ਵੱਡਾ ਖੁਲਾਸਾ ਹੋਇਆ ਮਾਪਿਆਂ ਅਤੇ ਪੁਲਿਸ ਪਾਰਟੀ ਸਮੇਤ ਸੀਸੀਟੀਵੀ ਲਗਾਤਾਰ ਖੰਗਾਲੇ ਜਾ ਰਹੇ ਸਨ ਅਤੇ ਉਹਨਾਂ ਦੇ ਵਿੱਚ ਦੇਖਿਆ ਗਿਆ ਕਿ ਉਹ ਪਿੰਡ ਤੋਂ 3 ਕਿਲੋਮੀਟਰ ਦੀ ਦੂਰੀ 'ਤੇ ਚਰਚ ਦੇ ਨੇੜੇ ਆਖਰੀ ਵਾਰ ਸੀਸੀਟੀਵੀ ਦੇ ਵਿੱਚ ਦੇਖੇ ਗਏ ਨੇ ਉਸ ਤੋਂ ਬਾਅਦ ਉਹ ਬੱਚੇ ਕਿੱਥੇ ਚਲੇ ਗਏ ਕਿਸੇ ਨੂੰ ਕੁਝ ਵੀ ਪਤਾ ਨਹੀਂ ਚੱਲਿਆ ਪਰ 2 ਰਾਤਾਂ ਹੁਣ ਬਾਹਰ ਬਿਤਾਉਣ ਤੋਂ ਬਾਅਦ 3 ਬੱਚਿਆਂ ਦੀ ਸੁੱਗ ਮਿਲ ਚੁੱਕੀ ਹੈ ਜਦੋਂ ਕਿ 1 ਫਰਾਰ ਦੱਸਿਆ ਜਾ ਰਿਹਾ ਹੈ ਉਸ ਦੇ ਬਾਰੇ ਵੀ ਇੱਕ ਵੱਡਾ ਖੁਲਾਸਾ ਹੋਇਆ ਜੋ ਕਿ ਇਸ ਸਮੇਂ ਫਰਾਰ ਹੈ ਪਿੰਡ ਕਕਰਾਲੀ ਦੇ ਵਿੱਚੋਂ ਲਾਪਤਾ ਹੋਏ 4 ਬੱਚਿਆਂ ਦੇ ਵਿੱਚੋਂ ਪੁਲਿਸ ਨੇ 3 ਬੱਚਿਆਂ ਨੂੰ ਬਰਾਮਦ ਕਰ ਲਿਆ ਹੈ ਇਹ ਬੱਚੇ ਮੋਲੀ ਜਾਗਰਾਂ ਚੰਡੀਗੜ੍ਹ ਦੇ ਨੇੜਿਓਂ ਬਰਾਮਦ ਕੀਤੇ ਗਏ ਨੇ ਦੱਸ ਦਈਏ ਕਿ ਇਹਨਾਂ ਦੇ ਨਾਲ ਇੱਕ 4th ਬੱਚਾ ਵੀ ਮੌਜੂਦ ਸੀ ਜਿਸ ਦੀ ਉਮਰ 14 ਸਾਲ ਦੀ ਸੀ ਬਾਕੀ ਦੇ 3 ਬੱਚਿਆਂ ਦੀ ਉਮਰ 2, 9 ਸਾਲ ਦੇ ਅਤੇ 1 10 ਸਾਲ ਦਾ ਬੱਚਾ ਸੀ ਅਤੇ ਇਹਨਾਂ ਦਾ ਕਹਿਣਾ ਹੈ ਕਿ ਸਾਨੂੰ 14 ਸਾਲ ਦਾ ਬੱਚਾ ਹੀ ਆਪਣੇ ਨਾਲ ਇਹ ਕਹਿ ਕੇ ਲੈ ਗਿਆ ਸੀ ਕਿ ਤੁਹਾਡੇ ਮਾਂ ਬਾਪ ਤੁਹਾਡੇ ਨਾਲ ਮਾਰਕੁੱਟ ਕਰਦੇ ਨੇ ਤੁਸੀਂ ਮੇਰੇ ਨਾਲ ਚਲੋ ਇਹ ਸੁਣਦੇ ਹੀ ਬੱਚੇ ਕਿਸ ਤਰ੍ਹਾਂ ਆਪਣੇ ਘਰ ਪਹਿਲਾਂ ਝੂਠ ਬੋਲਦੇ ਨੇ ਕਹਿੰਦੇ ਨੇ ਕਿ ਅਸੀਂ ਸਕੂਲ ਚੱਲੇ ਹਾਂ ਸਕੂਲ ਦਾ ਬਹਾਨਾ ਲਗਾਉਣ ਤੋਂ ਬਾਅਦ ਜਦੋਂ ਉਹ ਸ਼ਾਮ ਤੱਕ ਵੀ ਨਾ ਪਰਤੇ ਤਾਂ ਮਾਪਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ